ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ 'ਤੇ। ਤਾਂ 10ਵਾਂ ਭਾਗ ਹਿਸਟਰੀ ਦਾ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਇਹਦੇ ਵਿੱਚ ਆ ਜਿਹੜਾ ਆਪਾਂ ਮਹੱਤਵਪੂਰਨ ਵੰਸ਼ ਹੋਏ ਨੇ, ਜਿਵੇਂ ਚੌਲ, ਚੇਰ, ਵਾਂਡਿਆ, ਪਾਂਡਿਆ, ਤਾਂ ਇਸ ਤੋਂ ਇਲਾਵਾ ਹੋਰ ਜਿਹੜੀ ਜਾਣਕਾਰੀ, ਇਸ ਤੋਂ ਇਲਾਵਾ ਪਲਾਇਨੀ ਆ ਗਿਆ ਇਹਦੇ ਵਿੱਚ, ਸਾਤਵਾਹਨ। ਤਾਂ ਇਹ ਸਾਰਾ ਕੰਸੈਪਟ ਜਿਹੜਾ ਅੱਜ ਕਲੀਅਰ ਕਰਾਂਗੇ। ਇਸ ਤੋਂ ਪਹਿਲਾਂ ਕਿਹੜੇ ਕਿਹੜੇ ਕੁਐਸਚਨ ਇਸ ਕੰਸੈਪਟ ਦੇ ਵਿੱਚੋਂ ਆਏ ਹੋਏ ਹੈ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਜੋ ਘੰਟੀ ਹੈ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ। ਬਾਕੀ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਕੰਸੈਪਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਕੁਐਸਚਨ ਜਿਹੜੇ ਦੱਸ ਦਿੰਦੇ ਹਾਂ। ਸੋ 5 ਕੁਐਸਚਨ ਇਸ ਕੰਸੈਪਟ ਦੇ ਵਿੱਚੋਂ ਪਹਿਲਾਂ ਵਾਲੇ ਪੰਜਾਬ ਟੈਟ ਜਿਹੜਾ ਐਗਜ਼ਾਮ ਹੋਏ ਹੈ ਹਿਸਟਰੀ ਦੇ ਵਿੱਚ ਜਿਹੜੇ ਪੁੱਛੇ ਗਏ ਸੀ। ਤਾਂ ਇਹਦੇ ਵਿੱਚ ਪਹਿਲਾ ਕੁਐਸਚਨ ਪੁੱਛਿਆ ਗਿਆ ਸੀਗਾ ਪੁਲਕੇਸ਼ਨ ਦੂਜੇ ਨੂੰ ਲੈ ਕੇ, ਕਿ ਪੁਲਕੇਸ਼ਨ ਦੂਜਾ ਜਿਹੜਾ ਕੌਣ ਸੀਗਾ। ਤਾਂ ਪੁਲਕੇਸ਼ਨ ਦੂਜਾ ਸੀ ਜਿਹੜਾ ਇੱਕ ਚਾਲੁਕੀਆ ਰਾਜਾ ਸੀਗਾ। ਦੂਸਰਾ ਇਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਉਪ ਮਹਾਂਦੀਪ ਵਿੱਚ ਰਾਜ ਕਰਨ ਵਾਲੇ ਕਿਹੜੇ ਰਾਜਿਆਂ ਨੇ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਆ ਜਿਹੜੇ ਚਲਾਏ ਸੀਗੇ। ਤਾਂ ਉਹ ਸੀਗੇ ਜੀ ਕੁਸ਼ਾਣ ਰਾਜੇ, ਜੋ ਉਪ ਮਹਾਂਦੀਪ ਦੇ ਵਿੱਚ ਰਾਜ ਕਰਦੇ ਸੀਗੇ। ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਸੋਨੇ ਦੇ ਸਿੱਕੇ ਜਿਹੜੇ ਚਲਾਏ ਸੀ ਕੁਸ਼ਾਣ ਰਾਜਿਆਂ ਨੇ। ਤੀਸਰਾ ਕੁਐਸਚਨ ਇਹਦੇ ਵਿੱਚ ਪੁੱਛਿਆ ਗਿਆ ਰੋਮਨ ਸਾਮਰਾਜ ਨਾਲ ਸਭ ਤੋਂ ਪਹਿਲਾਂ ਵਪਾਰਕ ਸੰਬੰਧ ਕਿਹਨਾਂ ਨੇ ਕੀਤਾ ਸੀਗਾ। ਤਾਂ ਇਹ ਕੀਤਾ ਸੀਗਾ ਜੀ ਤਾਮਿਲ ਅਤੇ ਚੇਰਾ ਸਲਤਨਤਾਂ ਨੇ। ਤਾਮਿਲ ਅਤੇ ਚੇਰ ਹੋਏ ਨੇ ਜਿਹੜੇ। ਤਾਂ ਵੰਸ਼ ਸੀਗੇ ਮਹੱਤਵਪੂਰਨ ਚੇਰ ਵੰਸ਼ ਚਾਲੁਕੀਆ, ਜੋ ਆਪਾਂ ਅੱਗੇ ਪੜ੍ਹਾਂਗੇ। ਅਗਲਾ ਕੁਐਸਚਨ ਇਹਦੇ ਵਿੱਚ ਪੁੱਛਿਆ ਗਿਆ ਮਸਾਲੇ ਵਾਲਾ, ਅਕਸਰ ਪੁੱਛਿਆ ਜਾਂਦਾ ਹੈ ਇਹ ਮਸਾਲਾ ਰੋਮਨ ਦੇ ਲੋਕਾਂ ਲਈ ਬਹੁਤ ਕੀਮਤੀ ਸੀ, ਉਹਨਾਂ ਨੇ ਇਸ ਨੂੰ ਸੋਨੇ ਦੇ ਤੁੱਲ ਜਿਹੜਾ ਰੱਖਿਆ, ਕਿਹੜਾ ਮਸਾਲਾ ਸੀਗਾ ਉਹ? ਕਾਲੀ ਮਿਰਚ। ਅੱਗੇ ਇਹਦੇ ਵਿੱਚ ਪੁੱਛਿਆ ਗਿਆ ਪਲੈਨੀ ਬਾਰੇ, ਪਾਲੀਨੀ ਜਾਂ ਪਲੈਨੀ ਕੌਣ ਸੀਗਾ? ਤਾਂ ਇਹ ਇੱਕ ਰੋਮਨ ਵਿਦਵਾਨ ਸੀ ਜਿਹਨੇ ਭਾਰਤ ਦਾ ਰੋਮਨ ਸਾਮਰਾਜ ਨਾਲ ਵਪਾਰ ਕਰਨ ਵਾਲੇ ਵਪਾਰਕ ਰਾਸ਼ਟਰ ਦੇ ਵਜੋਂ ਵਰਣਨ ਕੀਤਾ ਸੀ। ਤਾਂ 5 ਕੁਐਸਚਨ ਇਸ ਦੇ ਵਿੱਚੋਂ ਆਏ ਹੋਏ ਨੇ। ਤਾਂ ਹੁਣ ਆਪਾਂ ਆਪਣਾ ਕਨਸੈਪਟ ਜਿਹੜਾ ਅੱਗੇ ਸਟਾਰਟ ਕਰਦੇ ਹਾਂ। ਪਹਿਲਾਂ ਆਉਂਦਾ ਦਕਸ਼ਿਣਾ ਪੰਥ, ਆਖਰ ਕਿਹਨੂੰ ਕਹਿੰਦੇ ਸੀਗੇ, ਇਹੀ ਕੁਐਸਚਨ ਇਹਦੇ ਵਿੱਚ ਬਣਦਾ। ਪ੍ਰਾਚੀਨ ਕਾਲ ਦੇ ਵਿੱਚ ਵਿਧੀਆ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਖੇਤਰ ਨੂੰ ਦਕਸ਼ਿਣਾ ਪੰਥ ਹੈ ਜਿਹੜਾ ਕਿਹਾ ਜਾਂਦਾ। ਵਿਧੀਆ ਪਰਬਤ ਜਾਂ ਵਿਧੀਆ ਪਰਬਤ ਅਤੇ ਨਰਮਦਾ ਨਦੀ ਦਾ ਜਿਹੜਾ ਦੱਖਣੀ ਖੇਤਰ ਹੈ, ਅਤੇ ਹੁਣ ਇਸ ਨੂੰ ਦੱਕਣ ਹੈ ਜਿਹੜਾ ਕਹਿੰਦੇ ਹੈ, ਇੱਕ ਕੁਐਸਚਨ ਇੱਥੇ ਬਣਦਾ ਜਿਹਦਾ ਦੂਸਰਾ ਨਾਮ ਕੀ ਹੈ ਜਾਂ ਹੁਣ ਇਸ ਨੂੰ ਕੀ ਕਹਿੰਦੇ ਹੈ ਦੱਕਣ। ਤਾਂ ਇਹ ਦੋ ਨਾਮ ਨੇ, ਦਕਸ਼ਿਣਾ ਤੋਂ ਦੱਕਣ, ਦਕਸ਼ਿਣਾ ਪੁਰਾਣਾ ਆ ਗਿਆ, ਦੱਕਣ ਹੁੰਦਾ ਆ ਗਿਆ। ਤਾਂ ਇਹਦੇ ਵਿੱਚ ਦੋ ਕੁਐਸਚਨ ਬਣ ਗਏ। ਅੱਗੇ ਆ ਗਿਆ ਜੀ ਸਾਤਵਾਹਨ। ਸਾਤਵਾਹਨ ਨੂੰ ਅੰਧ ਰਾਸ ਵੀ ਜਿਹੜਾ ਕਿਹਾ ਜਾਂਦਾ ਸੀ, ਤਾਂ ਇੱਥੇ ਕੁਐਸਚਨ ਬਣਦਾ ਹੈ ਸਾਤਵਾਹਨਾ ਦੂਜਾ ਨਾਮ ਜਾਂ ਹੋਰ ਕਿਸ ਨਾਮ ਨਾਲ ਜਾਣੇ ਜਾਂਦੇ ਸੀਗੇ? ਅੰਧ ਰਾਸ। ਇਹ ਦੱਖਣ ਦੇ ਵਿੱਚ ਮੌਰੀਆ ਸਾਮਰਾਜ ਦੇ ਪ੍ਰਸਿੱਧ ਉੱਤਰਾ ਅਧਿਕਾਰੀ ਸਨ। ਇਹਨਾਂ ਦਾ ਅਹੁਦਾ ਕੀ ਸੀ? ਇੱਕ ਕੁਐਸਚਨ ਇਹ ਪੁੱਛਿਆ ਜਾਂਦਾ। ਸੋ ਇੱਕ ਤਾਂ ਨਾਮ ਤੇ ਹੋ ਗਿਆ, ਦੂਜਾ ਹੈ ਕੌਣ ਸੀ ਇਹ? ਤਾਂ ਮੌਰੀਆ ਸਾਮਰਾਜ ਦੇ ਵਿੱਚ ਪ੍ਰਸਿੱਧ ਉੱਤਰਾ ਅਧਿਕਾਰੀ ਸੀਗੇ। ਮੌਰੀਆ ਸਾਮਰਾਜ ਕਿੱਥੇ ਸੀਗਾ? ਦੱਖਣ ਦੇ ਵਿੱਚ। ਤਾਂ ਇਹਦੇ ਵਿੱਚੋਂ ਵੀ ਦੋ ਅਤੇ ਤਿੰਨ ਕੁਐਸਚਨ ਜਿਹੜੇ ਬਣਦੇ ਹੈ। ਸੋ ਇੱਕ ਨਾਮ ਤੇ ਹੋ ਗਿਆ, ਇੱਕ ਮੌਰੀਆ ਸਾਮਰਾਜ ਦੀ ਦਿਸ਼ਾ ਹੋ ਗਈ, ਅਤੇ ਦੂਸਰਾ ਪ੍ਰਸਿੱਧ ਉੱਤਰਾਧਿਕਾਰੀ। ਤਾਂ ਇੱਕ ਛੋਟੀ ਲਾਈਨ 'ਚੋਂ ਤਿੰਨ ਕੁਐਸਚਨ ਹੈ ਜਿਹੜੇ ਨਿਕਲਦੇ ਆ।
ਤੀਸਰਾ ਆ ਗਿਆ ਜੀ ਸਾਤਵਾਹਨਾਂ ਦਾ ਸ਼ਾਸਨ, ਪ੍ਰਬੰਧ ਸਾਤਵਾਹਨ ਸਾਮਰਾਜ ਦਾ ਸ਼ਾਸਨ ਜਿਹੜਾ ਪ੍ਰਬੰਧ ਸੀ ਉਹ ਵਧੀਆ ਸੀ, ਰਾਜੇ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ, ਉਸ ਨੂੰ ਧਰਮ ਰੱਖਿਅਕ ਮੰਨਿਆ ਜਾਂਦਾ ਸੀ, ਇਸ ਤੋਂ ਇਲਾਵਾ ਉਸ ਨੂੰ ਦੈਵੀ ਸ਼ਕਤੀਆਂ ਦਾ ਮਾਲਕ ਵੀ ਜਿਹੜਾ ਮੰਨਿਆ ਜਾਂਦਾ ਸੀ। ਸਾਮਰਾਜ ਸੀ ਜਿਹੜਾ ਉਹ ਪ੍ਰਾਂਤਾਂ 'ਚ ਵੰਡਿਆ ਹੋਇਆ ਸੀ, ਜਿਹਦਾ ਪ੍ਰਬੰਧ ਸਿਵਲ ਅਤੇ ਸੈਨਿਕ ਜਿਹੜੇ ਗਵਰਨਰ ਸੀ ਉਹ ਕਰਦੇ ਸੀ। ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਅਹਾਰਾਸ ਜਿਹੜਾ ਕਿਹਾ ਜਾਂਦਾ ਸੀ। ਇਹਨਾਂ ਦਾ ਸ਼ਾਸਨ ਕੁਝ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਅਮਾਤਿਆ ਅਤੇ ਮਹਾਮਾਤਿਆ ਜਿਹੜਾ ਕਿਹਾ ਜਾਂਦਾ ਸੀ। ਪਿੰਡਾਂ ਦਾ ਸ਼ਾਸਨ ਗੋਲਮੀਕਾਸ ਦੁਆਰਾ ਚਲਾਇਆ ਜਾਂਦਾ ਸੀ। ਗੋਲਮੀਕਾਸ ਸੀ ਜਿਹੜੇ ਸਾਲਾਨਾ ਆਮਦਨ ਅਤੇ ਭੂਮੀ ਟੈਕਸ ਲਈ ਜ਼ਿੰਮੇਵਾਰ ਹੁੰਦੇ ਸੀ। ਤਾਂ ਅਲੱਗ ਅਲੱਗ ਪ੍ਰਾਂਤ ਲਈ ਅਲੱਗ ਅਲੱਗ ਅਧਿਕਾਰੀ ਲਾਏ ਜਾਂਦੇ ਸੀ, ਅਲੱਗ ਅਲੱਗ ਉਹਨਾਂ ਦਾ ਕੰਮ ਹੁੰਦਾ ਸੀਗਾ, ਐਡਮਿਨਿਸਟ੍ਰੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਹਦੇ ਵਿੱਚ ਸਾਰੇ ਕੁਐਸਚਨ ਜਿਹੜੇ ਉਹ ਬਣ ਗਏ, ਸਿਵਲ ਅਤੇ ਸੈਨਿਕ ਗਵਰਨਰ ਦਾ ਅਧਿਕਾਰ ਕਿੱਧਰ ਹੁੰਦਾ ਸੀਗਾ, ਕਿੰਨਾ 'ਤੇ ਹੁੰਦਾ ਸੀ, ਪ੍ਰਾਂਤਾਂ 'ਤੇ ਕਹਿ ਸਕਦੇ ਆਪਾਂ, ਕਿਉਂਕਿ ਪਹਿਲਾਂ ਸਾਮਰਾਜ ਆਉਂਦਾ ਸੀ ਫਿਰ ਉਹ 'ਚੋਂ ਪ੍ਰਾਂਤ ਕੱਢ ਦਿੱਤੇ ਜਾਂਦੇ ਸੀਗੇ। ਤਾਂ ਉਹਨਾਂ 'ਤੇ ਅਧਿਕਾਰ ਸਿਵਲ ਅਤੇ ਸੈਨਿਕ ਜਿਹੜੇ ਗਵਰਨਰ ਹੁੰਦੇ ਸੀ ਉਹ ਕਰਦੇ ਸੀ, ਸਾਰਾ ਪ੍ਰਬੰਧ ਦੀ ਜ਼ਿੰਮੇਵਾਰੀ ਉਹਨਾਂ ਦੀ ਸੀ ਜਦੋਂ ਸਾਮਰਾਜ ਤੋਂ ਪ੍ਰਾਂਤ ਨਿਕਲਦੇ ਆ। ਫਿਰ ਅੱਗੇ ਇਹਨਾਂ ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ, ਜਿਹਨੂੰ ਕੀ ਕਹਿੰਦੇ ਸੀਗੇ ਅਹਾਰਾਸ। ਇੱਥੇ ਕੁਐਸਚਨ ਵੀ ਬਣਦਾ, ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡੇ ਜਾਣ ਨੂੰ ਕੀ ਕਿਹਾ ਜਾਂਦਾ ਸੀ, ਜਾਂ ਅਹਾਰਾਸ ਤੋਂ ਕੀ ਭਾਵ ਹੈ ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡਣਾ? ਤਾਂ ਇਸੇ ਨੂੰ ਵੀ ਅਹਾਰਾਸ ਜਿਹੜਾ ਕਿਹਾ ਜਾਂਦਾ। ਅੱਗੇ ਜਦੋਂ ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡ ਦਿੱਤਾ ਸੀ, ਇਹਨਾਂ ਦਾ ਸ਼ਾਸਨ ਜਿਹੜਾ ਕੁਝ ਕੁ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਸੀਗਾ, ਅਮਾਤਿਆ ਅਤੇ ਮਹਾਮਾਤਿਆ। ਤਾਂ ਇੱਥੇ ਇਹ ਕੁਐਸਚਨ ਜਿਹੜਾ ਬਣ ਗਿਆ। ਹੁਣ ਇਹ ਅੱਗੇ ਕੁਐਸਚਨ ਆਉਂਦੇ ਸਾਰੇ ਹੈ, ਪ੍ਰਾਂਤਾਂ 'ਤੇ ਪੁੱਛਿਆ ਜਾਂਦਾ, ਜ਼ਿਲ੍ਹਿਆਂ 'ਤੇ ਪੁੱਛਿਆ ਜਾਂਦਾ। ਇਸ ਤੋਂ ਬਾਅਦ ਪਿੰਡ ਆ ਗਿਆ, ਪਿੰਡ ਦਾ ਸ਼ਾਸਨ ਕਿਹਨਾਂ ਕੋਲ ਹੁੰਦਾ ਸੀਗਾ, ਗੋਲਮੀਕਾਸ ਦੇ ਕੋਲ। ਤਾਂ ਇਹਨਾਂ ਦਾ ਕੰਮ ਕੀ ਸੀਗਾ, ਸਾਲਾਨਾ ਆਮਦਨ ਅਤੇ ਭੂਮੀ ਟੈਕਸ ਇਕੱਠਾ ਕਰਨਾ, ਇਹ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ। ਤਾਂ ਇੱਥੇ ਗੋਲਮੀਕਾਸ ਵੀ ਪੁੱਛਿਆ ਜਾ ਸਕਦਾ, ਅਮਾਤਿਆ ਮਹਾਮਾਤਿਆ ਵੀ ਪੁੱਛਿਆ ਜਾ ਸਕਦਾ, ਸਿਵਲ ਸੈਨਿਕ ਗਵਰਨਰ ਵੀ ਪੁੱਛਿਆ ਜਾ ਸਕਦਾ ਅਤੇ ਅਹਾਰਾਸ ਵੀ ਪੁੱਛਿਆ ਜਾ ਸਕਦਾ। ਸੋ ਇਹ ਸਾਰੇ ਯਾਦ ਕਰ ਲਿਓ, 4-5 ਕੁਐਸਚਨ ਨੇ ਜਿਹੜੇ ਇਸ ਕੰਸੈਪਟ ਦੇ ਵਿੱਚ ਬਣਦੇ ਆ। ਇਸ ਤੋਂ ਬਾਅਦ ਆ ਗਿਆ ਜੀ ਚੌਲ ਪਾਂਡਿਆ ਅਤੇ ਚੇਰ। ਚੌਲ ਪਾਂਡਿਆ ਅਤੇ ਚੇਰ ਇਹ ਤਿੰਨ ਸਾਮਰਾਜ ਸੀਗੇ ਜਿਹੜੇ ਦੱਖਣ ਪਠਾਰਾਂ ਦੇ ਦੱਖਣ ਦੇ ਵਿੱਚ ਅਤੇ ਸਾਤਵਾਹਨਾ ਸਾਮਰਾਜ ਦੇ ਦੱਖਣ ਵਿੱਚ ਸੀ। ਚੌਲ ਪਾਂਡਿਆ ਚੇਰ ਹੀ ਪੁੱਛਿਆ ਸੀ ਵੀ ਹੈ ਕੀ ਸੀ, ਕਈ ਨੂੰ ਐਂ ਲੱਗਦਾ ਕਿ ਵਿਅਕਤੀਆਂ ਦੇ ਨਾਮ ਹੋਣਗੇ, ਤਾਂ ਇਹ ਸਾਮਰਾਜ ਸੀਗੇ ਆਪਣੇ ਆਪ ਦੇ ਵਿੱਚ ਤਿੰਨੋਂ। ਅਗਲਾ ਆ ਗਿਆ ਪਹਿਲਾ ਮਹਾਨ ਚੌਲ ਸ਼ਾਸਕ ਕੌਣ ਸੀਗਾ, ਕਾਰੀਕਲ। ਇੱਕ ਕੁਐਸਚਨ ਇਹਦੇ ਵਿੱਚ ਇਹ ਬਣ ਗਿਆ, ਤਾਂ ਪਹਿਲਾ ਮਹਾਨ ਚੌਲ ਸ਼ਾਸਕ ਸੀਗਾ ਕਾਰੀਕਲ। ਕਾਰੀਕਲ ਨੇ ਆਪਣੇ ਗੁਆਂਢੀ ਚੇਰ ਅਤੇ ਪਾਂਡਿਆ ਰਾਜਾਂ ਨੂੰ ਜਿਹੜਾ ਹਰਾਇਆ ਸੀਗਾ, ਸ਼੍ਰੀਲੰਕਾ 'ਤੇ ਹਮਲਾ ਕੀਤਾ ਸੀ, ਉਸਨੇ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਖੇਤੀਯੋਗ ਬਣਾਇਆ, ਸਿੰਚਾਈ ਲਈ ਨਹਿਰਾਂ ਅਤੇ ਤਲਾਬਾਂ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਉਸਨੇ ਹੜ੍ਹਾਂ ਨੂੰ ਰੋਕਣ ਲਈ ਕਾਵੇਰੀ ਨਦੀ 'ਤੇ ਬੰਨ੍ਹ ਹੈ ਜਿਹੜਾ ਬਣਵਾਇਆ ਸੀਗਾ। ਤਾਂ ਪਹਿਲਾ ਚੌਲ ਸ਼ਾਸਕ ਕਾਰੀਕਲ, ਤਾਂ ਇਹਦੇ ਵਿੱਚ ਕੰਮ ਵੀ ਆ ਗਏ, ਕਿਹੜੇ ਪ੍ਰਦੇਸ਼ਾਂ ਨੂੰ ਇਹਨੇ ਜਿੱਤਿਆ ਸੀਗਾ, ਚੇਰ ਅਤੇ ਪਾਂਡਿਆ। ਇਸ ਤੋਂ ਇਲਾਵਾ ਇਹਦੇ ਕੰਮ ਜੰਗਲਾਂ ਨੂੰ ਸਾਫ਼ ਕਰਕੇ ਭੂਮੀਯੋਗ ਖੇਤੀ ਬਣਾਈ, ਨਹਿਰਾਂ
ਤਲਾਬਾਂ ਦਾ ਪ੍ਰਬੰਧ ਕੀਤਾ। ਹੜ੍ਹਾਂ ਨੂੰ ਰੋਕਣ ਲਈ ਕਾਵੇਰੀ ਨਦੀ 'ਤੇ ਬੰਨ੍ਹ ਬਣਵਾਇਆ ਸੀਗਾ। ਕਾਵੇਰੀ ਨਦੀ ਜ਼ਰੂਰ ਯਾਦ ਰੱਖ ਲਿਓ। ਇਸ ਤੋਂ ਬਾਅਦ ਆ ਗਿਆ ਜੀ ਸ਼ੱਕ, ਪੱਲਵ ਅਤੇ ਕੁਸ਼ਾਣ। ਸ਼ੱਕ, ਪੱਲਵ ਅਤੇ ਕੁਸ਼ਾਣ ਇਹ ਹਮਲਾਵਰ ਸੀਗੇ ਜਿਹੜੇ ਭਾਰਤ ਦੇ ਵਿੱਚ ਮੱਧ ਏਸ਼ੀਆ ਤੋਂ ਆਏ ਸੀਗੇ ਅਤੇ ਇੱਥੇ ਵੱਸ ਗਏ ਸੀਗੇ। ਇਹਨਾਂ ਦੇ ਵਿੱਚ ਕੁਸ਼ਾਣ ਸਭ ਤੋਂ ਮਹੱਤਵਪੂਰਨ ਸੀ। ਤਾਂ ਇੱਥੇ ਕੁਐਸਚਨ ਦੇ ਵਿੱਚ ਬਣਦੇ ਆ ਸ਼ੱਕ, ਪੱਲਵ ਅਤੇ ਕੁਸ਼ਾਣ ਕੌਣ ਸੀ? ਤਾਂ ਹਮਲਾਵਰ ਸੀ, ਇੱਥੇ ਇੱਕ ਕੁਐਸਚਨ ਬਣ ਗਿਆ। ਆਏ ਕਿੱਥੋਂ ਸੀਗੇ? ਮੱਧ ਏਸ਼ੀਆ ਤੋਂ। ਇੱਥੇ ਦੂਸਰਾ ਕੁਐਸਚਨ ਬਣ ਗਿਆ, ਸਭ ਤੋਂ ਮਹੱਤਵਪੂਰਨ ਇਹਨਾਂ 'ਚੋਂ ਕੌਣ ਸੀਗਾ? ਕੁਸ਼ਾਣ। ਤੀਸਰਾ ਕੁਐਸਚਨ ਇੱਥੇ ਬਣ ਗਿਆ। ਦੋ ਲਾਈਨਾਂ 'ਚੋਂ ਤਿੰਨ ਕੁਐਸਚਨ ਹੈ ਜਿਹੜੇ ਬਣਦੇ ਆ। ਤਾਂ ਨਾਲ ਦੀ ਨਾਲ ਨੋਟ ਜ਼ਰੂਰ ਕਰ ਲਿਆ ਕਰੋ। ਅੱਗੇ ਡਿਮੀਟੇਰੀਅਸ, ਆਪਣਾ ਸੱਤਵਾਂ ਪੁਆਇੰਟ ਹੈ। ਇਹ ਕੌਣ ਸੀਗਾ? ਇਹ ਪਹਿਲਾ ਹਿੰਦ ਯੂਨਾਨੀ ਹਮਲਾਵਰ ਸੀ ਡਿਮੀਟੇਰੀਅਸ। ਇਨਸਾਨ ਹੀ ਸੀ, ਵਿਅਕਤੀ ਸੀ, ਇਹ ਕੋਈ ਬੁੱਕ ਦਾ ਨਾਮ ਨਹੀਂ ਹੈ, ਨਾ ਕੋਈ ਰਾਈਟਰ ਦਾ ਨਾਮ ਹੈ। ਪਹਿਲਾ ਕੁਐਸਚਨ ਇੱਥੇ ਬਣ ਗਿਆ, ਹਿੰਦ ਯੂਨਾਨੀ ਹਮਲਾਵਰ ਸੀਗਾ। ਇਸ ਨੇ ਮੌਰੀਆ ਜਦੋਂ ਸਾਮਰਾਜ ਦਾ ਪਤਨ ਹੋਇਆ ਸੀ, ਇਸ ਤੋਂ ਬਾਅਦ ਭਾਰਤ 'ਤੇ ਹਮਲਾ ਕੀਤਾ ਸੀਗਾ, ਜਿਸ ਦੌਰਾਨ ਅਫਗਾਨਿਸਤਾਨ, ਪੰਜਾਬ ਅਤੇ ਸਿੰਧ ਦੇ ਇੱਕ ਵੱਡੇ ਭਾਗ 'ਤੇ ਆਪਣਾ ਅਧਿਕਾਰ ਕਰ ਲਿਆ ਸੀ। ਪਰ ਡਿਮੀਟੇਰੀਅਸ ਨੂੰ ਮੱਧ ਏਸ਼ੀਆ ਦੇ ਬਲਖ ਪ੍ਰਾਂਤ ਤੋਂ ਹੱਥ ਧੋਣੇ ਪਏ ਸੀ, ਕਿਉਂਕਿ ਉੱਥੇ ਯੂਕੇ ਟਾਈਸ ਨੇ ਸਫਲ ਵਿਦਰੋਹ ਹੈ ਜਿਹੜਾ ਕੀਤਾ ਸੀ। ਤਾਂ ਇਹਦਾ ਅਧਿਕਾਰ ਖੇਤਰ ਪੁੱਛਿਆ ਜਾ ਸਕਦਾ, ਅਫਗਾਨਿਸਤਾਨ, ਪੰਜਾਬ ਅਤੇ ਸਿੰਧ। ਤਾਂ ਤਿੰਨ ਜਗ੍ਹਾਵਾਂ 'ਤੇ ਇਹਨੇ ਆਪਣਾ ਅਧਿਕਾਰ ਕੀਤਾ ਸੀਗਾ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ। ਅਤੇ ਦੂਸਰਾ ਇਹਦੇ 'ਚ ਕੁਐਸਚਨ ਬਣਦਾ ਹੈ ਕਿ ਹੈ ਕੌਣ ਸੀਗਾ? ਹਿੰਦ ਯੂਨਾਨੀ ਹਮਲਾਵਰ ਸੀਗਾ। ਇਹਦੇ 'ਚ ਦੋ ਕੁਐਸਚਨ ਹੀ ਬਣਨਗੇ। ਅੱਠਵਾਂ ਆ ਗਿਆ ਮਨੇਂਦਰ, ਇਹ ਵੀ ਹਿੰਦ ਯੂਨਾਨੀ ਸ਼ਾਸਕ ਸੀਗਾ। ਬੁੱਧ ਸਾਹਿਤ ਦੇ ਵਿੱਚ ਇਹ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ। ਮਿਲਿੰਦ ਦੇ ਨਾਮ 'ਤੇ ਕੁਐਸਚਨ ਆਉਂਦਾ, ਮਿਲਿੰਦ ਕੌਣ ਸੀਗਾ? ਹਿੰਦ ਯੂਨਾਨੀ। ਬੁੱਧ ਸਾਹਿਤ ਦੇ ਵਿੱਚ ਇਹ ਪ੍ਰਸਿੱਧ ਹੈ ਜਾਂ ਮਨੇਂਦਰ ਦਾ ਦੂਸਰਾ ਨਾਮ ਪੁੱਛਿਆ ਜਾ ਸਕਦਾ। ਦੋ ਕੁਐਸਚਨ ਦੇ ਵਿੱਚ ਬਣ ਗਏ। ਇਹ ਯੋਗ ਅਤੇ ਬਹਾਦਰ ਸ਼ਾਸਕ ਸੀਗਾ। ਇਸਨੇ ਪੁੱਛਿਆ, ਮਿੱਤਰ, ਸੁੰਗ ਦੇ ਕਾਲ ਵਿੱਚ ਭਾਰਤ 'ਤੇ ਹਮਲਾ ਕਰਕੇ ਆਧੁਨਿਕ ਪਾਕਿਸਤਾਨ ਸਹਿਤ ਅਤੇ ਕਸ਼ਮੀਰ ਦੇ ਕੁਝ ਭਾਗਾਂ 'ਤੇ ਅਧਿਕਾਰ ਕੀਤਾ ਸੀ, ਇਸ ਤੋਂ ਬਾਅਦ ਇਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ ਸੀ? ਤਾਂ ਇਹ ਕੁਐਸਚਨ ਬਣਦਾ, ਕਿਹੜੇ ਧਰਮ ਦਾ ਇਹ ਪੈਰੋਕਾਰ ਸੀਗਾ? ਬੁੱਧ ਧਰਮ ਦਾ। ਤਾਂ ਹੀ ਬੁੱਧ ਸਾਹਿਤ ਦੇ ਵਿੱਚ ਇਹਨੂੰ ਮਿਲਿੰਦ ਨਾਮ ਹੈ ਜਿਹੜਾ ਮਿਲਿਆ ਸੀ। ਤਾਂ ਇਹਦੇ ਵਿੱਚ ਦੋ ਤਿੰਨ ਕੁਐਸਚਨ ਬਣਦੇ ਆ। ਨੌਵਾਂ ਪੁਆਇੰਟ ਆਪਣਾ ਆ ਗਿਆ ਸ਼ੱਕ, ਜਿਹਨੂੰ ਸਿਥਿਆਂਸ ਕਹਿੰਦੇ ਆ। ਸ਼ੱਕ ਜਾਂ ਸਿਥਿਆਂਸ ਦੋ ਨਾਮ ਨੇ, ਇਹ ਮੱਧ ਏਸ਼ੀਆ ਦੇ ਮੂਲ ਸੀਗੇ। ਇਹ ਕੁਐਸਚਨ ਬਣ ਗਿਆ, ਸ਼ੱਕ ਜਾਂ ਸਿਥਿਆਂਸ ਇੱਕੋ ਗੱਲ ਹੈ। ਇਹ 200 ਈਸਵੀ ਪੂਰਬ ਦੇ ਮੱਧ ਵਿੱਚ ਭਾਰਤ ਵਿੱਚ ਹਮਲਾਵਰ ਦੇ ਰੂਪ ਵਿੱਚ ਆਏ ਸੀਗੇ ਅਤੇ ਇੱਥੇ ਹੀ ਸਥਾਈ ਰੂਪ ਵਿੱਚ ਰਹਿਣ ਲੱਗ ਗਏ। ਆਰੰਭ ਵਿੱਚ ਇਹਨਾਂ ਲੋਕਾਂ ਦੀਆਂ ਬਸਤੀਆਂ ਉੱਤਰੀ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਦੇ ਵਿੱਚ ਮਥੁਰਾ, ਮੱਧ ਭਾਰਤ ਵਿੱਚ ਸਨ, ਪਰ ਬਾਅਦ ਦੇ ਵਿੱਚ ਪੱਛਮੀ ਭਾਰਤ ਦਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਖੇਤਰ ਜਿਹੜਾ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ।